ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁਅਲੈਕੁਮ ਮੁਹੰਮਦ ਸਰਫਰਾਜ਼ ਦੋਸਤਾਂ ਦੀ ਖਿਦਮਤ ਚ ਹਾਜ਼ਰ ਤੇ ਜਨਾਬ ਅਸੀਂ ਖਲੋਤੇ ਆ ਸ਼ਕਰ ਕੰਦੀ ਦੇ ਖੇਤ ਦੇ ਵਿੱਚ ਮੇਰੇ ਨਾਲ ਨੇ ਜਨਾਬ ਖਾਲਸ ਸਾਹਿਬ ਖਾਲਸ ਸਾਹਿਬ ਸਲਾਮੁਅਲੈਕੁਮ ਵਾ ਅਲੈਕੁਮ ਸਲਾਮ ਜੀ ਖਾਲਸ ਸਾਹਿਬ ਸ਼ਕਰ ਕੰਦੀ ਦਾ ਬੀਜ ਲੈਣ ਦਾ ਟੋਕ ਲਿਆ ਤੇ ਆ ਤੁਸੀਂ ਲਾਤਾ ਹਾਂ ਜੀ ਇਹ ਜਿਹੜਾ ਬੀਜ ਲਾਣਾ ਆ ਜੀ ਇਹਦੇ ਥੱਲੇ ਕੀ ਪਾਇਆ ਇਹਦੇ ਥੱਲੇ ਜੀ ਪੌੜਾ ਚਾਹੀਦੀ ਆ ਦੂਸਰੀ ਜ਼ਹਿਰ ਅੱਛਾ ਜੀ ਹਾਂ ਕਾਦੇ ਵਾਸਤੇ ਇਹ ਸੇਕ ਵਾਸਤੇ ਸੇਕ ਵਾਸਤੇ ਜੀ ਜ਼ਹਿਰ ਜਬ ਜਿਸ ਵੇਲੇ ਬੀਜਣ ਲੱਗਦੇ ਆ ਉਸ ਵੇਲੇ ਕਲੋਰੋ ਪੈਰੀਫਾਸ ਨਾਲ ਜਿਹੜੀ ਆ ਨਾ ਯੂਰੋ ਪੈਰੀਫਾਸ ਫਲੱਡ ਕੀਤੀ ਆ ਜਾਂ ਹੋਰ ਵੀ ਜਿਹੜੀ ਸੇਕ ਦੀ ਦਵਾਈ ਹੋਵੇ ਉਹ ਫਲੱਡ ਕਰ ਦਿੱਤੀ ਜਾਵੇ ਹਾਂ ਜੀ ਕਲੋਰੋ ਪੈਰੀਫਾਸ ਫਲੱਡ ਕੀਤੀ ਆ ਜੀ ਇਹਨਾਂ ਨੂੰ ਅੱਛਾ ਜੀ ਅੱਛਾ ਇਹਦੇ ਤੋਂ ਇਹ ਦੱਸੋ ਕੋ ਖਾਦ ਤਾਂ ਨਹੀਂ ਥੱਲੇ ਪਾਣੀ ਖਾਦ ਥੱਲੇ ਪਾਉ ਨਾ ਜੀ ਬਲ ਜਾਦੀ ਵੱਜ ਜਾਂਦੀ ਕਾਦ ਨਹੀਂ ਪਾਣੀ ਜੀ ਇਹਨੂੰ ਇਸ ਤਰ੍ਹਾਂ ਹੀ ਲਾ ਦੇਣੀ ਆ ਫਿਰ ਅੱਗੇ ਜੜ ਵਾਲ ਲਾਉਂਦੀ ਆ ਤੇ ਮੋਢ ਤਵਸ ਆ ਜਿਹੜਾ ਖੇਤ ਖਲੋਤੇ ਆ ਕਿੰਨੇ ਦਿਨ ਹੋ ਗਏ ਇਹਨੂੰ ਬੀਜੇ ਨੂੰ ਇਹਨੂੰ ਮਹੀਨਾ ਹੋ ਗਿਆ ਜੀ ਇਹਨੂੰ ਮਹੀਨਾ ਹੋ ਗਿਆ ਮਹੀਨੇ ਬਾਅਦ ਹੁਣ ਮਿੱਟੀ ਚੜਾ ਰਹੇ ਆ ਬੰਦੇ ਉਹ ਦੂਸਰੇ ਖੇਤ ਦੇ ਵਿੱਚ ਮੈਂ ਦਿਖਾਣਾ ਸ਼ਾਇਦ ਇਸ ਮੋਬਾਈਲ ਦੇ ਕੈਮਰੇ 'ਚ ਆਈ ਜਾਣ ਉਹ ਆਂਦੇ ਪੈ ਜੀ ਉਹ ਮਿੱਟੀ ਚੜਾ ਰਹੇ ਆ ਜਵਾਨ ਅੱਛਾ ਜੀ ਇਹ ਮਿੱਟੀ ਚੜ੍ਹ ਲਈ ਹਾਂ ਜੀ ਮਿੱਟੀ ਤੋਂ ਬਾਅਦ ਹੋਰ ਇਹਨੂੰ ਹੁਣ ਕੀ ਕੀ ਕਰਨਾ ਇਹਨੂੰ ਉਹਨ ਸੰਡੀ ਦੀ ਸਪਰੇ ਹੋ ਜਾ ਜੀ ਲਸ਼ਕਰੀ ਸੰਡੀ ਪੈਂਦੀ ਹੈ ਲਸ਼ਕਰੀ ਸੰਡੀ ਦੀ ਸਪਰੇ ਉਹਦਾ ਤੇ ਇਹ ਵੀ ਇਹਨਾਂ ਬੰਦਾ ਡੇਲੀ ਆਪਣੀ ਫਸਲ ਦੇਖ ਕੇ ਕਹਿੰਦੇ ਬਿਹਤਰੀਨ ਜਿਹੜੀ ਖਾਦ ਆ ਜ਼ਮੀਂਦਾਰ ਦੇ ਪੈਰ ਦੀ ਮਿੱਟੀ ਆ ਹਾਂ ਜੀ ਸਪਰੇ ਕਰਨੀ ਜ਼ਰੂਰੀ ਜਾਂ ਜਦੋਂ ਬਿਮਾਰੀ ਦੇ ਚਾਂਸ ਹੋਣ ਉਦੋਂ ਕਰਨੀ ਚਾਹੀਦੀ ਹੈ ਬਿਮਾਰੀ ਇਹਨੂੰ ਹਮੇਸ਼ਾ ਹਮੇਸ਼ਾ ਹੀ ਆ ਜਾਂਦੀ ਹੈ ਇਹਨੂੰ ਆਂਦੀ ਹੈ ਜੀ ਇਹਨੂੰ ਸਪਰੇ ਕਰਨੀ ਪੈਂਦੀ ਹੈ ਸੰਡੀ ਦੀ ਸਪਰੇ ਕਰਨੀ ਉਦੋਂ ਤੋਂ ਇਲਾਵਾ ਆਹੋ ਜੀ ਆਂਡ ਗੁਆਂਡ ਵੀ ਬਥੇਰੀਆਂ ਫਸਲਾਂ ਕਾ ਬੂਟ ਅੱਛਾ ਇਹ ਜਿਹੜਾ ਹੈ ਸਪਰੇਅ ਤੋਂ ਇਲਾਵਾ ਹੋਰ ਖਾਦ ਖਾਦ ਇਹਨੂੰ ਦੀ ਚਾਹੀਦੀ ਆਗਾ ਸਤੰਬਰ ਆਖਰ ਤੱਕ ਜੀ ਤੇ ਇਹਦੀ ਬਲ ਨਾ ਵਧੇ ਕਿਹੜੀ ਖਾਦ ਪਾਣੀ ਆ ਨਾਈਟ੍ਰੋਫਾਸ ਤੇ ਪਟਾਸ਼ੀ ਖਾ ਨਾਈਟ੍ਰੋਪਾਸ ਤੇ ਫਾਸ ਤੇ ਪਟਾਸ਼ ਹਾਂਜੀ ਉਹ ਫਲੱਡ ਕਰਨੀਆਂ ਜੇ ਛੱਟਾ ਫਲੱਡ ਕਰਨੀਆਂ ਜੀ ਹਾਂਜੀ ਛੱਟਾ ਨਹੀਂ ਆ ਸਕਦਾ ਜੀ ਇਹਨੂੰ ਤੁਸੀਂ ਦੱਸਿਆ ਪੇ ਸੁੰਡੀ ਦੀ ਸਪਰੇਅ ਕਰਨੀ ਆ ਤੇ ਖਾਦ ਜਿਹੜੀ ਆ ਉਹ ਪਾਣੀ ਆ ਹਾਂਜੀ ਫਲੱਡ ਕਰਕੇ ਪोटाਸ਼ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਤੇ ਨਾਲ ਜਿਹੜੀ ਹੈ ਉਹ ਨਾਈਟ੍ਰੋਫਾਸ ਨਾਈਟ੍ਰੋਫਾਸ ਹਾਂ ਜੀ ਹੋਰ ਹੋਰ ਬਸ ਇਹ ਰੂ ਸੁੰਡੀ ਦੀ ਸਪਰੇ ਹੋ ਜਾਵੇ ਸੁੰਡੀ ਨਾ ਪਵੇ ਸੋਖੀ ਸਪਰੇ ਆਪਣਾ ਹੈਗੀ ਆ ਜੀ ਫਸਲ ਹਾਂ ਜੀ ਔਰ ਇਹਦੇ ਵਿੱਚ ਲੋਕ ਬੜੇ ਸ਼ੌਕ ਨਾਲ ਖਾਂਦੇ ਆ ਜੀ ਹਾਂ ਜੀ ਪਿੰਡੀ اسلامਾਬਾਦ ਬੜੀ ਵਿਕਦੀ ਆ ਇਧਰ ਜਨੂਬੀ ਪੰਜਾਬ ਵਾਲੇ ਵੀ ਬੜੀ ਵਿਕਦੀ ਆ ਹਾਂ ਜੀ ਇਹ ਕਿੰਨੇ ਮਹੀਨੇ ਦੀ ਫਸਲ ਆ ਸਾਢੇ 3 ਮਹੀਨੇ ਲੈਂਦੀ ਹੈ ਸਾਢੇ 3 ਮਹੀਨੇ ਲੈਂਦੀ ਆ ਜੀ 30 ਤੇ 90 90 ਤੇ 100 ਇਸ 105 ਤੋਂ 110 ਦਿਨ ਦੇ ਵਿੱਚ ਬਰਦਾਸ਼ਤ ਹੋ ਜਾਂਦੀ ਆ ਅੱਛਾ ਇਹ ਦੱਸੋ ਇਹ ਲਾਈ ਦੀ ਕਦੋਂ ਲੱਗਣੀ ਕਦੋਂ ਸ਼ੁਰੂ ਹੋ ਜਾਂਦੀ ਆ ਇਹ ਲਗਣੀ ਜੀ ਇਹ ਅਗਸਤ ਵਿੱਚ ਸ਼ੁਰੂ ਹੋ ਜਾਂਦੀ ਆ ਅਗਸਤ ਵਿੱਚ ਹੋ ਜਾਂਦੀ ਆ ਉਹ ਅਗੇਤੀ ਲਾਵਾਂਗੇ ਤਾਂ ਕਣਕ ਵੀ ਟਾਈਮ ਨਾ ਆਜੂਗੀ ਤੇ ਜੇ ਕਣਕ ਨਾ ਬੀਜਣੀ ਹੋਵੇ ਫੇ ਕਦੋਂ ਤੱਕ ਲੱਗਦੀ ਰਹਿੰਦੀ ਹੈ ਫੇ ਰਗਾ ਬਸ ਤੇ ਆਖਰ ਤੇ ਵੀ ਲੱਗ ਜਾਵੇ ਕੋਈ ਮਸਲਾ ਨਹੀਂ ਹੈਗਾ ਉਹਦੀ ਇੱਕ ਵਜ੍ਹਾ ਨਾ ਜੇ ਬਹੁਤੀ ਗੇਤਰੀ ਲਾਈਏ ਫਿਰ ਵੱਲ ਜਿਆਦੀ ਵੱਧ ਜਾਂਦੀ ਹੈ ਵੱਲ ਵੱਧ ਜਾਂਦੀ ਹੈ ਯਾਨੀ ਅਗਸਤ ਦੇ ਦੂਸਰੇ ਮਹੀਨੇ ਚ ਲੱਗੇ ਨਾ ਵੱਲ ਘਟ ਵੱਧਦੀ ਆ ਜੀ ਤੇ ਜੇ ਸਤੰਬਰ ਚ ਚੱਲ ਜਾਈਏ ਸਤੰਬਰ ਚਲੇ ਜਾਈਏ ਫਿਰ ਕੋ ਠੰਡ ਤੋਂ ਨਹੀਂ ਚੱਲਣੀ ਫਿਰ ਚੱਲਦੀ ਨਹੀਂ ਜੀ ਅਗਸਤ ਦਾ ਮਹੀਨਾ ਜੀ ਇਹਦੀ ਕਾਸ਼ਤ ਵਾਸਤੇ ਬਿਹਤਰੀਨ ਮਹੀਨਾ ਹੈ ਖਾਲਸਾ ਬਹੁਤ ਬਹੁਤ ਸ਼ੁਕਰੀਆ ਬਾਕੀ ਜੇ ਕਿਸੇ ਨੇ ਕੋਈ ਸ਼ਕਰਕੰਦੀ ਦੇ ਮਤਲਬ ਕੋ ਗੱਲਬਾਤ ਪੁੱਛਣੀ ਹੋਵੇ ਕਮੈਂਟ ਵਿੱਚ ਪੁੱਛ ਸਕਦਾ ਜੀ ਇਹ ਇਲਾਕਾ ਜਿਹੜਾ ਇਹਦੇ ਵਿੱਚ ਬੜੇ ਮਹਰੀਨ ਆ ਸ਼ਕਰਕੰਦੀ ਦੇ ਇਨਸ਼ਾ ਅੱਲਾਹ ਤਾਲਾ ਅਸੀਂ ਕੋਸ਼ਿਸ਼ ਕਰਾਂਗੇ ਜਵਾਬ ਦੇਣ ਦਾ ਤੇ ਇੱਕ ਮੈਂ ਹੋਰ ਗੱਲ ਦੱਸ ਦਿਆਂ ਇਹ ਸੀ ਵੀਡੀਓ ਚ ਸੂੰਡੀ ਦੀ ਸਪਰੇ ਕਰਾਈ ਕੱਲ ਤੇ ਸਪਰੇ ਕਰਨ ਵਾਲੇ ਨੇ ਕਿਤੇ ਨਾ ਗਾੜੀ ਸਪਰੇ ਕਰ ਦਿੱਤੀ ਤੇ ਆ ਕਹਿੰਦੇ ਖਾਇਆ ਪੀਆ ਕੁਛ ਨਹੀਂ 12 ਆਨੇ ਦਾ ਗਲਾਸ ਤੋੜਾ ਬਾਕੀ ਤੁਸੀਂ ਆਪ ਸਮਝਦਾਰ ਆ ਹੱਸਦੇ ਰਹੋ ਤੇ ਵਸਦੇ ਰਹੋ ਸ਼ਾਦ ਰਹੋ ਤੇ ਆਬਾਦ ਰਹੋ ਅੱਲਾਹ ਤਾਲਾ ਆਸਾਨੀਆਂ عطا ਕਰੇ ਔਰ ਆਸਾਨੀਆਂ ਵੰਡਣ ਦਾ ਸ਼ਰਫ عطا ਕਰੇ